ਸਰੋਂ ਦੀ ਖਲ ਜਿਹੜੀ 25 ਰੁਪਏ ਕਿਲੋ ਆਉਂਦੀ ਸੀ ਅੱਜ 35 ਰੁਪਏ ਕਿਲੋ ਦੇ ਆ ਵੜੇਵੇਂ ਦੀ ਖਲ 47 ਰੁਪਏ ਕਿਲੋ ਆ ਹਰ ਚੀਜ਼ ਦੇ ਭਾਅ ਟਰਾਂਸਪੋਰਟੇਸ਼ਨ ਵਗੈਰਾ ਸਾਰਾ ਵਧਾ ਕੇ ਉਹਦੇ ਦੇਖਦੇ ਹੋਏ ਬਿਲਕੁਲ ਮਾਮੂਲੀ ਜਿਹਾ ਵਾਧਾ 3 ਰੁਪਏ ਕਿਲੋ ਵਾਧਾ ਕੀਤਾ ਗਿਆ ਹੈ ਪਹਿਲਾਂ ਤੇਲ ਡੀਜ਼ਲ ਦੀਆਂ ਕੀਮਤਾਂ ਵਧੀਆਂ ਆਮ ਲੋਕ ਤਾਂ ਵੈਸੇ ਹੀ ਰੋ ਰਹੇ ਨੇ ਅੱਜ ਮਰਨ ਦੀ ਕਗਾਰ ਤੇ ਪਹੁੰਚ ਗਏ ਨੇ ਸੋ ਲੋਕੀ ਰੋਟੀ ਕਿੱਥੋਂ ਖਾਣ ਇਸ ਤੋਂ ਲਹਾਹਾਕਾਰ ਮਚੀ ਹੋਈ ਹੈ ਲਾਲੇ ਮਚੇ ਹੋਏ ਰੋਟੀ ਦੇ ਤੇ ਹੁਣ ਦੁੱਧ ਦੇ ਭਾਅ ਵਧਾ ਦਿੱਤੇ ਜਾ ਰਹੇ ਨੇ ਤੁਸੀਂ ਜਾ ਕੇ ਸਾਡੇ ਖਾਤੇ ਦੇਖੋ ਦੋ ਦੋ ਤਾਂ ਢਾਈ ਢਾਈ ਮਹੀਨੇ ਹੋ ਗਏ ਸੀ ਲੋਕਾਂ ਕੋਲ ਪੈਸੇ ਨਹੀਂ ਮੰਗ ਰਹੇ 3 ਰੁਪਏ ਕਿਲੋ ਰੇਟ ਵਧਾਉਣ ਦਾ ਪੂਰੇ ਐਸੋਸੀਏਸ਼ਨ ਵੱਲੋਂ ਫੈਸਲਾ ਲਿਆ ਗਿਆ ਜਿਹੜੀ ਮੱਝ ਆ ਸਾਨੂੰ 70-80 ਹਜ਼ਾਰ ਦੀ ਆਉਂਦੀ ਸੀ ਅੱਜ ਸਾਨੂੰ 1.5 ਲੱਖ ਦੀ ਲੈਣੀ ਪੈ ਰਹੀ ਆ ਪੰਜਾਬ ਸਰਕਾਰ ਆਪਣਾ ਵੈਟ ਨਹੀਂ ਘੱਟ ਕਰਦੀ ਥੋੜ੍ਹਾ ਜਿਹਾ ਘੱਟ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਇਹਦੇ ਬਾਰੇ ਕੋਈ ਸਰਕਾਰ ਨਹੀਂ ਸੋਚਦੀ ਵੀ ਉਹਨਾਂ ਨੇ ਜਨਤਾ ਨੂੰ ਛੱਡਤਾ ਜਨਤਾ ਮਰੇ ਜੋ ਮਰਜ਼ੀ ਕਰੇ ਜਨਤਾ ਕਰੇ ਮਹਾਮਾਰੀ ਕਰਕੇ ਪਸ਼ੂ ਮੰਡੀਆਂ ਬੰਦ ਹੋ ਗਈਆਂ ਪਿਛਲੇ 2-3 ਮਹੀਨਿਆਂ ਤੋਂ ਅੱਗੇ ਸਾਨੂੰ ਮੰਡੀਆਂ 'ਚੋਂ ਮੱਝਾਂ ਮਿਲ ਜਾਂਦੀ ਸੀ ਹੁਣ ਸਾਨੂੰ ਦੂਰ 100-200 ਕਿਲੋਮੀਟਰ 'ਤੇ ਜਾ ਕੇ ਡਬਲ ਰੇਟ ਦੀਆਂ ਮੱਝਾਂ ਲੈਣੀਆਂ ਪੈਂਦੀਆਂ ਨੇ ਉਹ ਸਾਰਾ ਖਰਚਾ ਸਾਡੇ 'ਤੇ ਮਤਲਬ ਹੈ ਉਹ ਜੇ 2-3 ਰੁਪਏ ਰੇਟ ਵਧੇਗਾ ਉਹਦੇ ਨਾਲ ਥੋੜ੍ਹਾ ਜਿਹਾ ਤਾਂ ਮਤਲਬ ਕਿ ਸਾਨੂੰ ਕੋਈ ਰਾਹਤ ਮਿਲੇਗੀ ਬਾਕੀ ਦਾਣਾ ਤੂੜੀ ਹੈ ਦਾਣੇ ਦਾ ਵੀ ਡਬਲ ਹੋ ਗਿਆ ਤੂੜੀ ਦਾ ਪੱਠੇ ਦਾ ਹਰ ਚੀਜ਼ ਦਾ ਡਬਲ ਰੇਟ ਅਤੇ ਜਿਹੜੀ ਲੇਬਰ ਆ ਹੁਣ ਲੇਬਰ ਅੱਧੀ ਵਿੱਚ ਅੱਧੀ ਰਹਿ ਗਈ ਇੱਥੇ ਉਹ ਵੀ ਕਹਿੰਦੀ ਵੀ ਸਾਡੀਆਂ ਤਨਖਾਹਾਂ ਹੋਰ ਵਧਾਓ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਿਯੰਕਾ ਲੁਧਿਆਣਾ ਲਾਈਵ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਨੂੰ ਯਾਦ ਹੈ ਕਿ ਜਦੋਂ ਤੇਲ ਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ ਤੁਹਾਡੀ ਜੇਬ ਤੇ ਬੋਝ ਪਿਆ ਤੇ ਤੁਹਾਡੀਆਂ ਚੀਕਾਂ ਨਿਕਲ ਗਈਆਂ ਕਈ ਲੋਕਾਂ ਵੱਲੋਂ ਤਾਂ ਨਹਿਰ ਦੇ ਵਿੱਚ ਆਪਣੇ ਜਿਹੜੇ ਕਿ ਸਕੂਟਰ ਵਹੀਕਲ ਜਿਹੜੇ ਕਿ ਸੁੱਟਣ ਤੋਂ ਬਾਅਦ ਰੋਸ ਪ੍ਰਦਰਸ਼ਨ ਸਰਕਾਰਾਂ ਦੇ ਵਿਰੁੱਧ ਜ਼ਾਹਰ ਕੀਤਾ ਗਿਆ ਉਸ ਤੋਂ ਬਾਅਦ ਵਧਾਈਆਂ ਗਈਆਂ ਰਾਸ਼ਨ ਦੀਆਂ ਕੀਮਤਾਂ ਤੇਲ ਦੀਆਂ ਕੀਮਤਾਂ ਤੇ ਆਮ ਲੋਕਾਂ ਦਾ ਫਿਰ ਰੋਣਾ ਨਿਕਲ ਗਿਆ ਹੁਣ ਇੱਕ ਵਾਰ ਫਿਰ ਤੋਂ ਤੁਹਾਡੀਆਂ ਚੀਕਾਂ ਵੱਜਣ ਵਾਲੀਆਂ ਨੇ ਕਿਉਂਕਿ ਵਧਣ ਲੱਗੇ ਨੇ ਦੁੱਧ ਦੇ ਭਾਅ ਜੀ ਹਾਂ ਦੁੱਧ ਦੇ ਰੇਟ ਵਧਾ ਦਿੱਤੇ ਗਏ ਨੇ ਰੋਜ਼ਾਨਾ ਵਰਤਣ ਵਾਲੇ ਦੁੱਧ ਦੇ ਰੇਟਾਂ ਦੇ ਵਿੱਚ ਹੁਣ ਵਾਧਾ ਕੀਤਾ ਜਾ ਰਿਹਾ ਸੋ ਇਹ ਵਾਧਾ ਲੁਧਿਆਣੇ ਦੇ ਵਿੱਚ ਕੀਤਾ ਜਾ ਰਿਹਾ ਤੁਹਾਨੂੰ ਦੱਸ ਦਿੰਦੇ ਆ ਕਿ ਡੇਅਰੀ ਐਸੋਸੀਏਸ਼ਨ ਵੱਲੋਂ ਇਹ ਫੈਸਲਾ ਲਿਆ ਗਿਆ ਔਰ ਇਹ ਫੈਸਲਾ ਕਿਉਂ ਲਿਆ ਗਿਆ ਇਸ ਨੂੰ ਮੁੱਖ ਰੱਖਦੇ ਹੋਏ ਡੇਅਰੀ ਐਸੋਸੀਏਸ਼ਨ ਦੇ ਜਿਹੜੇ ਕਿ ਮੈਂਬਰ ਨੇ ਮੇਰੇ ਨਾਲ ਨੇ ਗੱਲਬਾਤ ਕਰਾਂਗੇ ਜੀ ਇਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਹਿਲਾਂ ਤੇਲ ਡੀਜ਼ਲ ਦੀਆਂ ਕੀਮਤਾਂ ਵਧੀਆਂ ਆਮ ਲੋਕ ਤਾਂ ਵੈਸੇ ਹੀ ਰੋ ਰਹੇ ਨੇ ਅੱਜ ਮਰਨ ਦੀ ਕਗਾਰ ਤੇ ਪਹੁੰਚ ਗਏ ਨੇ ਸੋ ਲੋਕੀ ਰੋਟੀ ਕਿੱਥੋਂ ਖਾਣ ਇਸ ਤੋਂ ਲਹਾਹਾਕਾਰ ਮਚੀ ਹੋਈ ਹੈ ਲਾਲੇ ਮਚੇ ਹੋਏ ਰੋਟੀ ਦੇ ਤੇ ਹੁਣ ਦੁੱਧ ਦੇ ਭਾਅ ਵਧਾ ਦਿੱਤੇ ਜਾ ਰਹੇ ਨੇ ਪਰ ਦੁੱਧ ਦੇ ਭਾਅ ਜੀ ਬਹੁਤ ਨੋਰਮਲ ਜੇ ਵਧਾਏ ਨੇ 3 ਰੁਪਏ ਕਿਲੋ ਵੀ ਕੋਈ ਜ਼ਿਆਦਾ ਨਹੀਂ ਪਿਛਲੇ 2 ਸਾਲ ਮਹਾਂਮਾਰੀ ਨੂੰ ਦੇਖਦੇ ਹੋਏ ਕਰੋਨਾ ਮਹਾਂਮਾਰੀ ਨੂੰ ਕੋਈ ਰੇਟ ਨਹੀਂ ਵਧਾਇਆ ਗਿਆ ਸੀ ਪਰ ਇਸ ਟਾਈਮ ਡੇਅਰੀ ਵਾਲਿਆਂ ਦੀ ਮਾਲੀ ਹਾਲਤ ਬਹੁਤ ਖਰਾਬ ਹੈ ਜਿਹਦੇ ਕਰਕੇ 3 ਰੁਪਏ ਕਿਲੋ ਰੇਟ ਵਧਾਉਣ ਦਾ ਪੂਰੇ ਐਸੋਸੀਏਸ਼ਨ ਵੱਲੋਂ ਫੈਸਲਾ ਲਿਆ ਗਿਆ ਅਤੇ ਉਹਦੇ ਵਿੱਚ ਜਿੱਦਾਂ ਪੈਟਰੋਲ ਦੀਆਂ ਕੀਮਤਾਂ ਵਧੀਆਂ ਡੀਜ਼ਲ ਦੀਆਂ ਕੀਮਤਾਂ ਵਧੀਆਂ ਤੇਲ ਦੀਆਂ ਕੀਮਤਾਂ ਵਧੀਆਂ ਕੋਈ ਵੀ ਚਾਰੇ ਦੀ ਲਾਓ ਸਰੋਂ ਦੀ ਖਲ ਜਿਹੜੀ 25 ਰੁਪਏ ਕਿਲੋ ਆਉਂਦੀ ਸੀ ਅੱਜ 35 ਰੁਪਏ ਕਿਲੋ ਦੇ ਆ ਵੜੇਵੇਂ ਦੀ ਖਲ 47 ਰੁਪਏ ਕਿਲੋ ਆ ਹਰ ਚੀਜ਼ ਦੇ ਭਾਅ ਟਰਾਂਸਪੋਰਟੇਸ਼ਨ ਵਗੈਰਾ ਸਾਰਾ ਵਧਾ ਕੇ ਉਹਦੇ ਦੇਖਦੇ ਹੋਏ ਬਿਲਕੁਲ ਮਾਮੂਲੀ ਜਿਹਾ ਵਾਧਾ 3 ਰੁਪਏ ਕਿਲੋ ਵਾਧਾ ਕੀਤਾ ਗਿਆ ਹੈ ਤੁਹਾਡੇ ਕਹਿਣ ਨੂੰ ਤਾਂ ਸਰ ਇਹ ਮਾਮੂਲੀ ਜਿਹਾ ਵਾਧਾ ਜਿਹੜਾ ਕਿ 3-5 ਰੁਪਏ ਦਾ ਮਾਮੂਲੀ ਜਿਹਾ ਵਾਧਾ ਜਿਹੜਾ ਕਿ ਦੁੱਧ ਦੇ ਰੇਟਾਂ ਦੇ ਵਿੱਚ ਕੀਤਾ ਗਿਆ ਪਰ ਆਮ ਲੋਕਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਨਹੀਂ ਹੋ ਰਿਹਾ ਜਿਹੜੇ ਲੋਕ ਨੌਕਰੀਆਂ ਤੇ ਜਾ ਰਹੇ ਸਨ ਉਹਨਾਂ ਦੀਆਂ ਨੌਕਰੀਆਂ ਤੱਕ ਖੋਲ੍ਹ ਦਿੱਤੀਆਂ ਗਈਆਂ ਨੇ ਕੋਰੋਨਾ ਕਾਲ ਦਾ ਅਸਰ ਤੁਹਾਨੂੰ ਪਤਾ ਕਿ ਆਮ ਲੋਕਾਂ ਤੇ ਕਿਸ ਕਦਰ ਪਿਆ ਤੇ ਹੁਣ ਉਹ ਮਤਲਬ ਰਾਸ਼ਨ ਦੇ ਰੇਟਾਂ ਦੇ ਵਿੱਚ ਵਾਧਾ ਕਰ ਦਿੱਤਾ ਜਾਂਦਾ ਤੇਲ ਦੀਆਂ ਕੀਮਤਾਂ ਵਧਾ ਦਿੱਤੀਆਂ ਜਾਂਦੀਆਂ ਨੇ ਹੁਣ ਦੁੱਧ ਦੀਆਂ ਕੀਮਤਾਂ ਪਰ ਇਹ ਫੈਸਲਾ ਵੀ ਸਾਨੂੰ ਵੀ ਬੜੀ ਮਜਬੂਰੀ ਦੇ ਵਿੱਚ ਲੈਣਾ ਪਿਆ ਅਸੀਂ ਵੀ ਸੋਚਦੇ ਸੀ ਵੀ ਰੇਟ ਨਾ ਵਧਿਆ ਜਾਵੇ ਚਲੋ 2-3 ਰੁਪਏ ਕਿਲੋ ਦਾ ਵਾਧਾ ਵੀ ਲੋਕਾਂ ਲਈ ਮੁਸ਼ਕਲ ਹੋ ਜੂਗਾ ਨੋਰ ਪਰ ਸਾਰਾ ਦੇਖਦੇ ਹੋਏ ਡੇਅਰੀ ਵਾਲਿਆਂ ਦੇ ਵੀ ਕੱਲ੍ਹ ਨੂੰ ਵੀ ਡੇਅਰੀਆਂ ਚੱਲਣ ਮੱਝਾਂ ਦੇ ਰੇਟ ਲਾ ਲਓ 50-50 ਹਜ਼ਾਰ ਰੁਪਈਆ ਮੱਝ ਦਾ ਰੇਟ ਵੱਧ ਗਿਆ ਪਸ਼ੂ ਮੰਡੀਆਂ ਬੰਦ ਆ ਹਰ ਚੀਜ਼ ਦਾ ਰੇਟ ਜਿਹੜੀ ਮੱਝ ਆ ਸਾਨੂੰ 70-80 ਹਜ਼ਾਰ ਦੀ ਆਉਂਦੀ ਸੀ ਅੱਜ ਸਾਨੂੰ 1.5 ਲੱਖ ਦੀ ਲੈਣੀ ਪੈ ਰਹੀ ਆ ਉਹਦੇ ਕਰਕੇ ਵੀ ਕੋਈ ਵੀ ਕੱਲ ਨੂੰ ਇਹ ਨਾ ਹੋਣ ਵੀ ਡੇਅਰੀ ਵਾਲੇ ਬਰਬਾਦ ਹੋ ਜਾਣਾ ਜੀ ਸਭ ਤੋਂ ਪਹਿਲਾਂ ਹੁਣ ਡੇਅਰੀ ਦੀਆਂ ਮੁਸ਼ਕਲਾਂ ਜਿਹੜੇ ਡੇਅਰੀ ਵਾਲਿਆਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਉਹ ਮੁਸ਼ਕਲਾਂ ਤੋਂ ਜਾਣੂ ਹੋ ਜਾਂਦੇ ਆ ਸਰ ਤੁਸੀਂ ਕਹਿ ਰਹੇ ਹੋ ਕਿ ਪਸ਼ੂ ਮੰਡੀਆਂ ਬੰਦ ਕਰ ਦਿੱਤੀਆਂ ਗਈਆਂ ਕਾਫੀ ਦਿੱਕਤ ਆ ਰਹੀਆਂ ਨੇ ਕਿਵੇਂ ਦੀਆਂ ਦਿੱਕਤ ਆ ਰਹੀਆਂ ਨੇ ਮਹਾਮਾਰੀ ਕਰਕੇ ਪਸ਼ੂ ਮੰਡੀਆਂ ਬੰਦ ਹੋ ਗਈਆਂ ਪਿਛਲੇ 2-3 ਮਹੀਨੇ ਤੋਂ ਅੱਗੇ ਸਾਨੂੰ ਮੰਡੀਆਂ 'ਚੋਂ ਮੱਝਾਂ ਮਿਲ ਜਾਂਦੀ ਸੀ ਹੁਣ ਸਾਨੂੰ ਦੂਰ 100-200 ਕਿਲੋਮੀਟਰ 'ਤੇ ਜਾ ਕੇ ਡਬਲ ਰੇਟ ਦੀਆਂ ਮੱਝਾਂ ਲੈਣੀਆਂ ਪੈਂਦੀਆਂ ਨੇ ਉਹ ਸਾਰਾ ਖਰਚਾ ਸਾਡੇ 'ਤੇ ਮਤਲਬ ਹੈ ਉਹ ਜੇ 2-3 ਰੁਪਏ ਰੇਟ ਵਧੇਗਾ ਉਹਦੇ ਨਾਲ ਥੋੜ੍ਹਾ ਜਿਹਾ ਤਾਂ ਮਤਲਬ ਕਿ ਸਾਨੂੰ ਕੋਈ ਰਾਹਤ ਮਿਲੇਗੀ ਬਾਕੀ ਦਾਣਾ ਤੂੜੀ ਹੈ ਦਾਣੇ ਦਾ ਵੀ ਡਬਲ ਹੋ ਗਿਆ ਤੂੜੀ ਦਾ ਪੱਠੇ ਦਾ ਹਰ ਚੀਜ਼ ਦਾ ਡਬਲ ਰੇਟ ਅਤੇ ਜਿਹੜੀ ਲੇਬਰ ਆ ਹੁਣ ਲੇਬਰ ਅੱਧੀ ਵਿੱਚ ਅੱਧੀ ਰਹਿ ਗਈ ਇੱਥੇ ਉਹ ਵੀ ਕਹਿੰਦੀ ਵੀ ਸਾਡੀਆਂ ਤਨਖਾਹਾਂ ਹੋਰ ਵਧਾਓ
ਕਿਉਂਕਿ ਲੇਬਰ ਘੱਟ ਗਈ ਬਹੁਤ ਜ਼ਰਾ ਉਸ ਅੱਗੇ 12-13 ਲੇਬਰ ਦਾ ਖਰਚਾ ਵਧਾ ਦਿੱਤਾ ਜਾ ਰਿਹਾ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਪਸ਼ੂ ਮੰਡੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਟਰਾਂਸਪੋਰਟੇਸ਼ਨ ਤੇ ਵੀ ਡੀਜ਼ਲ ਦੇ ਸਾਰਾ ਕੁਝ ਵਧ ਗਿਆ ਉਹਦੇ ਨਾਲ ਸਾਰੇ ਦਾਣੇ ਤੂੜੀ ਹਰ ਚੀਜ਼ ਦਾ ਫਰਕ ਟਰਾਂਸਪੋਰਟੇਸ਼ਨ ਤੇ ਜਿਹੜੀ ਗੱਡੀਆਂ ਦਿੱਲੀ ਤੋਂ ਸਮਾਨ ਲੈ ਕੇ ਆਣਾ ਜਿਨ੍ਹਾਂ ਨੇ ਉਹਨਾਂ ਨੇ ਆਪਣਾ ਰੇਟ ਵਧਾਤਾ ਉਹ ਸਾਨੂੰ ਵੀ ਵੱਧ ਕੇ ਜਿਵੇਂ ਕਿ ਅਸੀਂ ਪਿਛਲੇ ਦਿਨ ਵੀ ਤੁਹਾਨੂੰ ਇੱਕ ਰਿਪੋਰਟ ਜ਼ਾਹਰ ਕੀਤੀ ਸੀ ਜਿਸ ਦੇ ਵਿੱਚ ਤੇਲ ਦੀਆਂ ਕੀਮਤਾਂ ਰਾਸ਼ਨ ਦੀਆਂ ਕੀਮਤਾਂ ਜਿਹੜੀਆਂ ਕਿ ਵਧੀਆ ਦੱਸੀਆਂ ਜਾ ਰਹੀਆਂ ਸਨ ਜਿਸ ਦੇ ਕਾਰਨ ਰਾਸ਼ਨ ਦੀਆਂ ਕੀਮਤਾਂ ਵੱਧ ਰਹੀਆਂ ਨੇ ਸੀਡਸ ਹੈ ਜਿਹੜੇ ਕਿ ਸੀਡ ਦੇ ਓਨਰ ਵੀ ਮੇਰੇ ਨਾਲ ਖੜੇ ਨੇ ਗੱਲਬਾਤ ਕਰਦੇ ਆ ਸਰ ਦੇ ਨਾਲ ਜਿਨ੍ਹਾਂ ਵੱਲੋਂ ਸੀਡਸ ਮਾਰਕੀਟ ਚ ਉਤਾਰੀ ਜਾਂਦੀ ਹੈ ਜਿਹੜੀ ਕਿ ਗਾਵਾਂ ਮੱਝਾਂ ਨੂੰ ਪਾਈ ਜਾਂਦੀ ਫੀਡ ਹਾਂਜੀ ਤੇ ਕਿੰਨਾ ਕੁ ਉਹਦਾ ਰੇਟ ਹੈ ਜਿਹੜਾ ਕਿ ਜਿਸ ਤਰ੍ਹਾਂ ਬਿੰਟੂ ਜੀ ਨੇ ਕਿਹਾ ਬਿਲਕੁਲ ਸਹੀ ਗੱਲ ਕੀਤੀ ਹੈ ਮਹਿੰਗਾਈ ਬਹੁਤ ਜ਼ਿਆਦਾ ਵਾ ਇਸ ਕਰਕੇ ਡੈਰੀ ਵਾਲਾ ਬਹੁਤ ਪਰੇਸ਼ਾਨ ਸੀ ਸਾਰੀ ਐਸੋਸੀਏਸ਼ਨ ਨੇ ਮਿਲ ਕੇ ਫੈਸਲਾ ਲਿੱਤਾ ਤੇ ਤਾਂ ਹੀ ਇਹ 3 ਰੁਪਏ ਕਿਲੋ ਰੇਟ ਫੈਸਲਾ ਲਿੱਤਾ ਗਿਆ ਜੀ ਸੋ ਕੱਲ੍ਹ ਤੋਂ ਜਿਹੜਾ ਕਿ ਰੇਟ ਮਿਲੇਗਾ ਲੋਕਾਂ ਨੂੰ 70 ਰੁਪਏ ਕਿਲੋ ਦੁੱਧ ਦੱਸਿਆ ਜਾ ਰਿਹਾ ਸੀ ਹੁਣ 73-75 ਰੁਪਏ ਦੇ ਵਿੱਚ ਮਿਲੇਗਾ ਜੀ ਪਿਓਰ ਦੁੱਧ ਜਿਹੜਾ ਉਹਦਾ 3 ਰੁਪਏ ਕਿਲੋ ਮਿਕਸ ਰੇਟ ਦਾ ਮਿਕਸ ਰੇਟ ਆਇਆ ਹੋਇਆ ਕੋਈ ਗਾਂ ਦਾ ਨਹੀਂ ਕੋਈ ਮਿਕਸ ਰੇਟ ਜਿਹੜਾ ਜੋ ਜਾ ਰਿਹਾ ਵਧੀਆ ਕੁਆਲਿਟੀ ਦਾ ਦੁੱਧ ਜਿਹੜਾ ਹੁਣ ਮਹਿੰਗਾਈ ਐਡੀ ਹੈ ਜੀ ਲੇਬਰ ਖਰਚਾ ਲਾ ਲਓ ਪਸ਼ੂਆਂ ਮੰਡੀਆਂ ਦਾ ਲਾ ਲਓ ਪੈਟਰੋਲ ਦੇ ਨਾਲ ਜਿਹੜੇ ਆ ਟਰਾਂਸਪੋਰਟ ਦੇ ਜਿਹੜੀ ਸਾਨੂੰ ਆਉਂਦਾ 80 ਰੁਪਏ ਭਾੜਾ ਆਉਂਦਾ ਸੀ ਹੁਣ 125-30 ਰੁਪਏ ਭਾੜਾ ਆ ਰਿਹਾ ਅਤੇ ਉਹਦੇ ਕਾਰਨ ਸਾਨੂੰ ਮਜਬੂਰੀ ਜਾ ਕੇ ਰੇਟ ਵਧਾਉਣੇ ਪੈ ਰਹੇ ਆ ਗਾਵਾਂ ਮੱਝਾਂ ਦੀ ਫੀਡ ਵਧਾ ਦਿੱਤੀ ਜਾ ਰਹੀ ਹੈ ਟਰਾਂਸਪੋਰਟੇਸ਼ਨ ਨੂੰ ਲੈ ਕੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦਾ ਵੀ ਅਸਰ ਤੁਹਾਡੀ ਜੇਬ 'ਤੇ ਪਿਆ ਅਤੇ ਤੁਸੀਂ ਹੁਣ ਇਹ ਜਿਹੜਾ ਕਿ ਜਿਹੜਾ ਤੁਹਾਡੀ ਜੇਬ 'ਤੇ ਅਸਰ ਪਿਆ ਇਹਦਾ ਅਸਰ ਹੁਣ ਤੁਸੀਂ ਆਮ ਜਨਤਾ 'ਤੇ ਸੁੱਟ ਰਹੇ ਹੋ ਕਿ ਜਨਤਾ ਇਸ ਦੀ ਭਰਪਾਈ ਕਰੇ ਨਹੀਂ ਜਨਤਾ ਨਹੀਂ ਜੇ ਸਾਨੂੰ ਕੁਝ ਬਚੇ ਕਿ ਨਹੀਂ ਸੀ ਕੰਮ ਕਿਉਂ ਕਰਾਂਗੇ ਠੀਕ ਹੈ ਜੀ ਜਿਹੜਾ ਹੁਣ ਅਸੀਂ ਵੜੇਵੇਂ ਖਲ ਲੈ ਰਹੇ ਸੀ ਪਹਿਲੇ 22-25 ਰੁਪਏ ਕਿਲੋ ਤੁਹਾਨੂੰ ਦੱਸਿਆ ਗਿਆ 47 ਰੁਪਏ ਕਿਲੋ ਰੇਟ ਉਹਦਾ ਹੋ ਗਿਆ ਹੁਣ ਅਸੀਂ ਉਹ ਪੰਜਾਬ ਸਰਕਾਰ ਨੂੰ ਗੱਲ ਕਰੀਏ ਕਿਹਨੂੰ ਗੱਲ ਕਰੀਏ ਅਸੀਂ ਤਾਂ ਆਪਣਾ ਦੱਸਾਂਗੇ ਨਾ ਮੱਝ ਦੀ ਅਗਰ ਪਾਲਣ ਪੋਸ਼ਣ ਦੀ ਗੱਲ ਕਰ ਲਿੱਤੀ ਜਾਵੇ ਤਾਂ ਇੱਕ ਮੱਝ ਇੱਕ ਡੈਰੀ ਮਾਲਕ ਨੂੰ ਕਿੰਨੇ ਕੁ ਦੀ ਪੈਂਦੀ ਹੈ 1.5 ਲੱਖ ਰੁਪਏ ਦੀ 1.5 ਲੱਖ ਦੀ ਮੱਝ ਪੈਂਦੀ ਹੈ ਉਸ ਤੋਂ ਬਾਅਦ ਉਹਦੀ ਫੀਡ ਅਲੱਗ ਪੈਂਦੀ ਹੈ ਜਿਹੜਾ ਦੁੱਧ ਦੀ ਸਪਲਾਈ ਕਰਨੀ ਉਹ ਅਲੱਗ ਪੈਂਦੀ ਹੈ ਅਤੇ ਇੱਥੇ ਮੈਂ ਗੱਲ ਕਰਨਾ ਚਾਹਾਂਗੀ ਰੈਸਟੋਰੈਂਟ ਜਿਹੜੇ ਕਿ ਕੈਫੇਜ਼ ਵਗੈਰਾ ਬੰਦ ਕਰ ਦਿੱਤੇ ਗਏ ਨੇ ਹੋਟਲ ਬੰਦ ਕਰ ਦਿੱਤੇ ਗਏ ਨੇ ਪਹਿਲੇ ਤੁਹਾਡਾ ਦੁੱਧ ਉਹਨਾਂ ਤੱਕ ਵੀ ਪਹੁੰਚਦਾ ਹੁੰਦਾ ਸੀ ਰੋਜ਼ਾਨਾ ਖਪਤ ਹੋ ਜਾਂਦੀ ਸੀ ਅਤੇ ਹੁਣ ਜਿਹੜੀ ਕਿ ਖਪਤ ਨਹੀਂ ਹੋ ਰਹੀ ਇਸ ਦੇ ਕਾਰਨ ਵੀ ਕਿਤੇ ਤੁਹਾਨੂੰ ਨੁਕਸਾਨ ਹੋ ਰਿਹਾ ਬਹੁਤ ਜੀ ਬਹੁਤ ਜਿਵੇਂ ਲੋਕਡਾਊਨ ਲੱਗਿਆ ਸੀਗਾ ਸਾਰਾ ਕੁਝ ਬੰਦ ਜਾਏ ਸਾਰਾ ਦੁੱਧ ਸੈਂਟਰਾਂ ਨੇ ਵੀ ਬੰਦ ਕਰਤਾ ਪਸ਼ੂ ਨੇ ਤਾਂ ਖਾਣਾ ਸੀਗਾ ਤੂੜੀ ਪੱਠਾ ਦਾਣਾ ਦਿੱਤਾ ਦੁੱਧ ਚੋ ਕੇ ਰੋੜਦੇ ਸੀਗੇ ਅਸੀਂ 7-8 ਦਿਨ ਬਹੁਤ ਜ਼ਿਆਦਾ ਮੁਸ਼ਕਿਲ ਦੇਖੀ ਪੂਰੇ ਡੈਰੀ ਕੰਪਲੈਕਸ ਨੇ ਹਰੇਕ ਪਾਸੇ ਪਰ ਉਦੋਂ ਉਹਦਾ ਘਾਟਾ ਜੀ ਪੂਰਾ ਹੋਇਆ ਹੀ ਨੀਗਾ ਹੁਣ ਜਦ ਤੱਕ ਹੁਣ ਰੈਸਟੋਰੈਂਟ ਨਹੀਂ ਖੁੱਲਦੇ ਹਜੇ ਤੱਕ ਰੇਟ ਸਾਨੂੰ ਪੂਰਾ ਨਹੀਂ ਮਿਲ ਰਿਹਾ ਹੈਗਾ ਸਰ ਕਿ ਜਿੱਥੇ ਨਾ ਜਿੱਥੇ ਲੋਕਡਾਊਨ ਦਾ ਅਸਰ ਹੈ ਆਮ ਲੋਕਾਂ ਦੇ ਕਾਰੋਬਾਰ 'ਤੇ ਪਿਆ ਸਰਕਾਰ ਨੇ ਕੁਝ ਰਾਹਤ ਡੈਰੀ ਕੰਪਲੈਕਸ ਨੂੰ ਦਿੱਤੇ ਸੀ ਮੈਡੀਕਲ ਸਹੂਲਤਾਂ ਨੂੰ ਦਿੱਤੀ ਗਈ ਸੀ ਵਿੱਚ ਡੈਰੀ ਕੰਪਲੈਕਸ ਵੀ ਸੀ ਜਿਹਨਾਂ ਨੂੰ ਛੋਟ ਦਿੱਤੀ ਗਈ ਸੀ ਕਿ ਉਹ ਖੁੱਲ੍ਹੇ ਨੇ ਉਹ ਆਪਣੀ ਸਪਲਾਈ ਕਰ ਸਕਦੇ ਨੇ ਫਿਰ ਕਿਸ ਚੀਜ਼ ਦਾ ਘੱਟ ਪਰ ਦੁਕਾਨਾਂ ਤਾਂ ਨਹੀਂ ਖੁੱਲ੍ਹਣ ਦਿੱਤੀਆਂ ਸਿਰਫ 2 ਘੰਟੇ ਸਵੇਰੇ 2 ਸ਼ਾਮੀ ਅਤੇ ਵਿਆਹ ਸ਼ਾਦੀਆਂ ਨਹੀਂ ਗਏ ਰੈਸਟੋਰੈਂਟ ਨਹੀਂ ਚੱਲ ਰਹੇ ਸਾਡਾ ਮੇਨ ਦੁੱਧ ਤਾਂ ਉੱਥੇ ਹੀ ਖਪਦਾ ਹਲਵਾਈਆਂ ਅਤੇ ਰੈਸਟੋਰੈਂਟ 'ਚ ਵਿਆਹਾਂ ਅਤੇ ਭੋਗਾਂ 'ਤੇ ਜਿੱਥੇ ਵੀ ਜਿਹਦੇ ਇਕੱਠ ਹੋਊਗਾ ਉੱਥੇ ਦੁੱਧ ਸਾਡਾ ਖਪਣਾ ਲੋਕਡਾਊਨ ਤੋਂ ਪਹਿਲਾਂ ਅਗਰ ਦੁੱਧ ਦੀ ਖਪਤ ਦੀ ਗੱਲ ਕੀਤੀ ਜਾਵੇ ਤੇ ਅੱਜ ਦੀ ਗੱਲ ਕੀਤੀ ਜਾਵੇ ਕਿੰਨੀ ਖਪਤ ਪਹਿਲਾਂ ਹੁੰਦੀ ਸੀ ਤੇ ਅੱਜ ਕਿੰਨੀ ਹੁੰਦੀ ਹੈ ਹੁਣ ਅੱਗੇ ਨਾਲੋਂ 50% ਖਪਤ ਆ ਉਦਾਂ ਵੀ ਗਰਮੀ ਕਰਕੇ ਵੀ ਕੁਝ ਡੰਗਰਾਂ ਦਾ ਦੁੱਧ ਘੱਟ ਗਿਆ ਸਾਰਾ ਬਿਲਕੁਲ ਜੋ ਵੀ ਹੈਗਾ ਉਹਦੇ ਕਰਕੇ ਬਹੁਤ ਡੈਰੀ ਫਾਰਮਰ ਬਹੁਤ ਘਾਟੇ ਦੇ ਵਿੱਚ ਜਾ ਰਹੇ ਸੀ ਇਸੇ ਕਰਕੇ ਉਹਨੂੰ ਥੋੜ੍ਹਾ ਜਿਹਾ ਘਾਟਾ ਪੂਰਾ ਕਰਨ ਲਈ ਸਿਰਫ ਵੀ ਪੂਰਾ ਫੈਸਲਾ ਕਰਕੇ ਸਾਰਾ ਸੋਚ ਸਮਝ ਕੇ 3 ਰੁਪਈਆ ਕਿਲੋ ਰੇਟ ਵਧਾਇਆ ਗਿਆ ਵੈਸੇ 5 ਰੁਪਏ ਦਾ ਫੈਸਲਾ ਸੀ ਪਰ ਜੋ ਵੀ ਹੈ ਪੂਰੀ ਡੇਅਰੀ ਐਸੋਸੀਏਸ਼ਨ ਵਾਲੇ ਲੋਕਾਂ ਨੂੰ ਵੀ ਦੇਖਦੇ ਹੋਏ ਇਹ ਕਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਸਿਰਫ 3 ਰੁਪਈਆ ਕਿਲੋ ਰੇਟ ਵਧਾਇਆ ਗਿਆ ਇਸ ਕਰਕੇ ਇਹ ਮੰਦੀ ਟਾਈਮ ਦੇ ਵਿੱਚ ਕੋਈ ਜ਼ਿਆਦਾ ਨਹੀਂ ਹੈਗਾ ਰੇਟ 3 ਰੁਪਈਆ ਕਿਲੋ ਵਧਾਉਣ ਦਾ ਮੰਨਿਆ ਵੀ ਤੁਹਾਡੇ ਸਾਹਮਣੇ ਵੀ ਹਰ ਬੰਦੇ 'ਤੇ ਅਸਰ ਪਊਗਾ ਪਰ ਅਸਰ ਤੁਸੀਂ ਪੈਟਰੋਲ ਦਾ ਅਗਰ 20-20 ਰੁਪਈਆ ਵੱਧ ਗਿਆ ਤਾਂ ਉਹਦੇ 'ਤੇ ਵੀ ਅਸਰ ਲੋਕਾਂ 'ਤੇ ਹੀ ਪੈਣਾ ਅਤੇ ਉਹ ਅਸਰ ਸਾਡੇ 'ਤੇ ਵੀ ਪੈਣਾ ਇਸੇ ਕਰਕੇ ਬਹੁਤ ਮਾਮੂਲੀ ਵਾਧਾ ਕਰਨ ਕਰਕੇ ਇਹ ਬਹੁਤ ਮਾਮੂਲੀ ਵਾਧਾ ਕੀਤਾ ਗਿਆ ਡੇਅਰੀ ਵਾਲਿਆਂ ਵੱਲੋਂ ਆਖਿਆ ਜਾ ਰਿਹਾ ਕਿ ਇੱਕ ਮਾਮੂਲੀ ਜਿਹਾ ਰੇਟ ਹੈ ਜਿਹੜਾ ਕਿ 3-5 ਰੁਪਏ ਹੈ ਰੇਟ ਦੁੱਧ ਦਾ ਵਧਾ ਦਿੱਤਾ ਜਾ ਰਿਹਾ ਸੋ ਗੱਲਬਾਤ ਕਰਾਂਗੇ ਜੀ ਇੱਥੋਂ ਦੇ ਮੈਂਬਰ ਦੇ ਨਾਲ ਇਹ ਫੈਸਲਾ ਜਿਹੜਾ ਕਿ ਹੈਬੋਵਾਲ ਦੇ ਵਿੱਚ ਲਿਆ ਗਿਆ ਹੈਬੋਵਾਲ ਡੇਅਰੀ ਐਸੋਸੀਏਸ਼ਨ ਵੱਲੋਂ ਲਿਆ ਗਿਆ ਲੁਧਿਆਣੇ ਦੇ ਵਿੱਚ ਹੀ ਸਿਰਫ ਰੇਟ ਵਧਾਇਆ ਗਿਆ ਹੋਰ ਪੰਜਾਬ ਦੇ ਕਿਸੇ ਵੀ ਹਿੱਸੇ 'ਚ ਰੇਟ ਨਹੀਂ ਵਧਾਇਆ ਗਿਆ ਨਹੀਂ ਤੁਸੀਂ ਪਤਾ ਕਰੋ ਜਾ ਕੇ ਸਾਰੇ ਸ਼ਹਿਰ ਹਰ ਕਿ ਪੰਜਾਬ ਸਾਰੇ 'ਚ ਰੇਟ ਵਧਿਆ ਵਾ ਸਾਡੇ ਲੁਧਿਆਣੇ 'ਚ ਹਾਈਲਾਈਟਸ ਇਸ ਕਰਕੇ ਹੋ ਜਾਂਦਾ ਕਿਉਂਕਿ ਅਸੀਂ ਸਾਰਾ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਇਸ ਚੀਜ਼ ਬਾਰੇ ਦੱਸਣਾ ਚਾਹੁੰਦੇ ਹਾਂ ਭਾਈ ਇਸ ਚੀਜ਼ ਰੇਟ ਵੱਧ ਗਿਆ ਬਾਕੀ ਕਈ ਨਹੀਂ ਦੱਸਦੇ ਹੈਗੇ ਜਿਵੇਂ ਅਸੀਂ ਸਾਡੇ ਅੱਜ ਦੀ ਅਖਬਾਰ 'ਚ ਵੀ ਆਇਆ ਵਾ ਦੁੱਧ ਦਾ ਰੇਟ ਵਧਿਆ ਇਸ ਕਰਕੇ ਨੰਬਰ 2 ਤੁਸੀਂ ਪਹਿਲਾਂ ਇੱਕ ਕੁਐਸਚਨ ਕੀਤਾ ਸੀ ਵੀ ਲੋਕਡਾਊਨ ਖੁੱਲ੍ਹਿਆ ਵਾ ਅਤੇ ਲੋਕਾਂ ਨੂੰ ਤੁਸੀਂ ਦੁੱਧ ਦਾ ਰੇਟ ਵਧਾ ਤਾ ਅੱਜ ਦੇ ਟਾਈਮ 'ਚ ਅਸੀਂ ਸਾਡੇ ਜਿਹੜੇ ਮੈਂ ਸਪਲਾਇਰ ਹਾਂ ਸ਼ਹਿਰ 'ਚ ਸਪਲਾਈ ਕਰਦਾ ਦੁੱਧ ਦਾ ਤੁਸੀਂ ਜਾ ਕੇ ਸਾਡੇ ਖਾਤੇ ਦੇਖੋ ਦੋ ਤਾਂ 2.5 ਮਹੀਨੇ ਹੋ ਗਏ ਸੀ ਲੋਕਾਂ ਕੋਲ ਪੈਸੇ ਨਹੀਂ ਮੰਗ ਰਹੇ ਸਾਨੂੰ ਪੈਸੇ ਮਿਲ ਨਹੀਂ ਰਹੇ ਅਗਲੇ ਉਹਨਾਂ ਦੀ ਮਜਬੂਰੀ ਅਸੀਂ ਸਮਝੀ ਹੋਈ ਹੈ ਇਸ ਕਰਕੇ
ਸਰੋਂ ਦੀ ਖਲ 1800 ਰੁਪਏ ਜਾਂ 2000 ਰੁਪਏ ਕੁਇੰਟਲ ਸੀ, ਜਿਹੜੀ ਸਿੱਧੀ 3500 ਰੁਪਏ ਕੁਇੰਟਲ ਹੋ ਗਈ ਸਰੋਂ ਦੀ ਖਲ। ਉਹਦਾ ਸਰਕਾਰ ਸਾਰਾ ਆਪਣਾ ਨੁਕਸਾਨ ਲੋਕਾਂ ਨੂੰ ਕਹਿ ਰਹੀ ਹੈ ਵੀ ਲੋਕ ਕਰ ਰਹੇ ਨੇ। ਤੁਸੀਂ ਪਿੱਛੇ ਜੇ ਇੱਕ ਬੀਜੇਪੀ ਮੰਤਰੀ ਦਾ ਬਿਆਨ ਸੁਣਿਆ ਹੋਊਗਾ, ਉਹਦੇ ਵਿੱਚ ਉਹਨੇ ਕਿਹਾ ਵੀ ਤੁਸੀਂ ਖਾਣਾ ਛੱਡ ਦੇਵੋ। ਵੀ ਬੰਦਾ ਪੁੱਛੇ ਕੀ ਖਾਣਾ ਛੱਡ ਦਈਏ, ਅਸੀਂ ਆਪਣੀ ਰੋਟੀ ਖਾਣਾ ਛੱਡ ਦਈਏ? ਵੀ ਇੰਨੀ ਮਹਿੰਗਾਈ ਕਰਤੀ, ਇਹ ਅਸੀਂ ਜੇ ਸੈਂਟਰ 'ਚ ਲੈ ਰਹੇ ਹਾਂ ਬੀਜੇਪੀ ਸਰਕਾਰ ਅਤੇ ਪੰਜਾਬ 'ਚ ਕਾਂਗਰਸ ਸਰਕਾਰ ਦਾ ਵੀ ਇਹਦੇ 'ਚ ਥੋੜ੍ਹਾ ਬਹੁਤਾ ਹੱਥ ਹੈਗਾ ਵਾ। ਲੱਗਦਾ ਕਿ ਸਰਕਾਰਾਂ ਵੱਲੋਂ ਹੀ ਇਹ ਜਿਹੜੀ ਕਿ ਆਮ ਲੋਕਾਂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ? ਪੂਰੀ ਜੀ ਪੂਰੀ, ਕੋਈ ਇਹਦੇ 'ਚ ਦੋ ਰਾਏ ਨਹੀਂ ਹੈਗਾ। ਸਰਕਾਰ ਇਸ ਟਾਈਮ ਕੋਈ ਸੁਣਵਾਈ ਨਹੀਂ ਕਰ ਰਹੀ, ਕੋਈ ਸਰਕਾਰ ਨਹੀਂ ਸੁਣਵਾਈ ਕਰ ਰਹੀ, ਪੰਜਾਬ ਸਰਕਾਰ ਨਹੀਂ ਕਰ ਰਹੀ, ਸੈਂਟਰ ਗੌਰਮੈਂਟ। ਜੇ ਸੈਂਟਰ ਗੌਰਮੈਂਟ ਤੁਸੀਂ ਪੈਟਰੋਲ ਦਾ ਰੇਟ ਵਧਾ ਰਹੇ ਹੋ, ਪੰਜਾਬ ਸਰਕਾਰ ਆਪਣਾ ਵੈਟ ਨਹੀਂ ਘੱਟ ਕਰਦੀ, ਥੋੜ੍ਹਾ ਜਿਹਾ ਘੱਟ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ, ਇਹਦੇ ਬਾਰੇ ਕੋਈ ਸਰਕਾਰ ਨਹੀਂ ਸੋਚਦੀ ਵੀਗੀ। ਉਹਨਾਂ ਨੇ ਜਨਤਾ ਨੂੰ ਛੱਡਤਾ, ਜਨਤਾ ਮਰੇ ਜੋ ਮਰਜ਼ੀ ਕਰੇ ਜਨਤਾ ਕਰੇ। ਤੁਹਾਡੇ ਸਾਹਮਣੇ 20,00,000 ਕਰੋੜ ਦਾ ਪੈਕੇਜ ਦਿੱਤਾ ਮੋਦੀ ਸਾਹਿਬ ਨੇ, ਕੋਈ ਸਾਡੇ ਕੋਲ ਪੈਕੇਜ ਪਹੁੰਚਿਆ ਕਿਸੇ ਬੰਦੇ ਕੋਲ? ਕਿਸੇ ਕੋਲ ਆਇਆ ਕੋਈ ਖਰਚਾ ਵਰਚਾ? ਕੁਛ ਨਹੀਂ ਆਇਆ ਹੈਗਾ, ਸਾਰਾ ਉਹ ਆਪ ਹੀ ਇੱਕ ਮੰਤਰੀ ਜੋ ਉਹਨਾਂ ਦੇ ਜੋ ਵੀ ਹੈਗੇ ਸੀ ਖਾ ਗਏ। ਸਾਡੇ ਕੋਲ ਇੱਕ ਪੈਸਾ ਨਹੀਂ ਪਹੁੰਚ ਰਿਹਾ ਹੈਗਾ, ਲੋਕ ਇੱਥੇ ਮਰਨ 'ਤੇ ਗੰਗਾਰ ਦੇ ਪਹੁੰਚ ਗਏ। ਡੈਰੀ ਫਾਰਮ ਦੇ ਵਿੱਚ ਤੂੜੀ ਦਾਣਾ ਨਹੀਂ ਪੂਰਾ ਹੋ ਰਿਹਾ ਲੋਕਾਂ ਕੋਲੋਂ, ਵੀ ਖਰਚੇ ਵੱਧ ਗਏ ਨੇ ਬਹੁਤ ਜ਼ਿਆਦਾ, ਹਰ ਚੀਜ਼ ਦਾ ਡਬਲ ਰੇਟ ਹੋ ਗਿਆ। ਇਸ ਕਰਕੇ ਸੈਂਟਰ ਜਿਹੜੀ ਸਾਡੀ ਡੈਰੀ ਫਾਰਮ ਐਸੋਸੀਏਸ਼ਨ ਹੈਗੀ ਹੈ, ਫਾਰਮਰ ਐਸੋਸੀਏਸ਼ਨ, ਉਹਨਾਂ ਨੇ ਫੈਸਲਾ 3 ਰੁਪਏ ਕਿਲੋ ਵਧਾਇਆ। ਇਹ ਤਾਂ ਸਾਡੇ ਸਪਲਾਇਰ ਨੇ ਉਹੀ 3 ਨੂੰ ਅੱਗੇ ਲੈ ਗਏ ਨੇ, ਅਸੀਂ ਆਪਣੀ ਕਮਾਈ 'ਚ ਕੋਈ ਵਾਧਾ ਨਹੀਂ ਕੀਤਾ ਹੈਗਾ, ਅਸੀਂ ਉਹੀ ਆਪਣੀ ਕਮਾਈ ਉਨੀ ਰੱਖੀ ਹੈ। ਵੀ ਜੇ ਉਹਨਾਂ ਦਾ ਉਲਟਾ 3 ਰੁਪਏ ਰੇਟ ਉਹਨਾਂ ਦਾ ਵਧਿਆ, ਪਰ ਇਹ ਚੀਜ਼ ਨੂੰ ਸਰਕਾਰ ਨੂੰ ਸੋਚਣਾ ਚਾਹੀਦਾ। ਜੇ ਇਹਨਾਂ ਨੂੰ ਡੈਰੀ ਫਾਰਮਰਾਂ ਨੂੰ ਕੋਈ ਰਾਹਤ ਮਿਲੂਗੀ ਅਤੇ ਤਾਂ ਹੀ ਸਾਨੂੰ ਮਿਲੂਗੀ, ਅਤੇ ਅਸੀਂ ਅੱਗੇ ਲੋਕਾਂ ਨੂੰ ਰਾਹਤ ਦੇਵਾਂਗੇ। ਕਿਤੇ ਨਾ ਕਿਤੇ ਸਰਕਾਰ ਨੂੰ ਇਸ ਚੀਜ਼ ਦਾ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਕਿ ਸਰਕਾਰਾਂ ਵੱਲੋਂ ਵੀ ਜਿਹੜਾ ਕਿ ਇਹਨਾਂ ਨੂੰ ਕੋਈ ਹੱਥ ਨਹੀਂ ਫੜਾਇਆ ਜਾ ਰਿਹਾ। ਤੁਹਾਨੂੰ ਇੱਥੇ ਦੱਸ ਦਿੰਦੇ ਹਾਂ ਕਿ ਸਭ ਤੋਂ ਪਹਿਲਾਂ ਵਧਾਏ ਜਾਂਦੇ ਨੇ ਤੇਲ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਜਾਂਦੀਆਂ ਨੇ, ਲੋਕ ਚੀਕਾਂ ਮਾਰਦੇ ਨੇ, ਉਸ ਤੋਂ ਬਾਅਦ ਤੇਲ ਦੀਆਂ ਰਾਸ਼ਨ ਦੀਆਂ ਕੀਮਤਾਂ ਵਧਾ ਦਿੱਤੀਆਂ ਜਾਂਦੀਆਂ ਨੇ, ਤਰਾਹੀ ਤਰਾਹੀ ਮੱਚ ਜਾਂਦੀ ਹੈ। ਅਤੇ ਹੁਣ ਦੁੱਧ, ਜੀ ਹਾਂ, ਹਰ ਘਰ ਦੇ ਵਿੱਚ ਜ਼ਰੂਰੀ ਹੈ ਦੁੱਧ, ਜਿਸ ਤੋਂ ਦਹੀਂ ਬਣਦਾ, ਜਿਸ ਤੋਂ ਪਨੀਰ ਬਣਦਾ, ਜਿਸ ਤੋਂ ਮਿਠਾਈਆਂ ਬਣਦੀਆਂ ਨੇ, ਹੋਰ ਬਹੁਤ ਸਾਰਾ ਸਮਾਨ ਹੈ ਜਿਹੜਾ ਕਿ ਦੁੱਧ ਤੋਂ ਬਣਾਇਆ ਜਾਂਦਾ ਹੈ। ਸੋ ਕੱਲ੍ਹ ਤੋਂ ਦੁੱਧ ਜੇਕਰ ਤੁਸੀਂ ਖਰੀਦਣਾ ਤਾਂ ਸੋਚ ਸਮਝ ਕੇ ਖਰੀਦਿਓ, ਕਿਉਂਕਿ 3 ਰੁਪਏ ਰੇਟ ਹੈ ਜਿਹੜਾ ਕਿ ਦੁੱਧ ਦਾ ਡੈਰੀ ਐਸੋਸੀਏਸ਼ਨ ਦੇ ਮਾਲਕਾਂ ਵੱਲੋਂ ਵਧਾ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਸਾਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਸਾਨ ਮੰਡੀਆਂ ਨਹੀਂ ਲੱਗ ਰਹੀਆਂ, ਪਸ਼ੂ ਮੰਡੀਆਂ ਨਹੀਂ ਲੱਗ ਰਹੀਆਂ। ਸੋ ਪਸ਼ੂਆਂ ਦੀ ਹਾਲਤ ਦਿਖਾ ਦਿੰਦੇ ਹਾਂ, ਕਹਿੰਦੇ ਗਰਮੀ ਦੇ ਕਾਰਨ ਜਿਹੜੇ ਕਿ ਪਸ਼ੂ ਦੁੱਧ ਵੀ ਘੱਟ ਦੇ ਰਹੇ ਨੇ। ਸੋ ਇਹਨਾਂ ਪਸ਼ੂਆਂ ਦੇ ਅਗਰ ਚਾਰੇ ਦੀ ਗੱਲ ਕੀਤੀ ਜਾਵੇ, ਫੀਡ ਦੀ ਗੱਲ ਕੀਤੀ ਜਾਵੇ, ਸੋ ਇਹਨਾਂ ਪਸ਼ੂਆਂ ਦੀ ਫੀਡ ਵੀ ਮਹਿੰਗੀ ਹੋ ਗਈ ਹੈ। ਸੋ ਇਸ ਦਾ ਜ਼ਿੰਮੇਵਾਰ ਵੀ ਇਸ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਜਾਂ ਡੈਰੀ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧ ਕੇ ਉਹਨਾਂ ਨੂੰ ਹੀ ਦੱਸਿਆ ਗਿਆ। ਕੈਮਰਾਮੈਨ ਰਾਹੁਲ ਦੇ ਨਾਲ ਪ੍ਰਿਯੰਕਾ ਸ਼ਰਮਾ, ਲੁਧਿਆਣਾ ਲਾਈਵ, ਖਾਸ ਰਿਪੋਰਟ।